देखो जिहड़ी गल उत्ते गुरु ग्रंथ साहिब वाली सी ਉਹ ਅੰਮ੍ਰਿਤਪਾਲ ਦੀ ਨਲੈਕੀ ਹੈ ਕਿ ਉਹ ਆਪ ਲੜਨ ਜੋਗਾ ਨਹੀਂ ਸੀਗਾ ਛੋਟੇ ਜਿਹੇ ਪਰਚੇ ਤੋਂ ਡਰ ਕੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਢਾਲ ਬਣਾ ਕੇ ਉੱਥੇ ਲੈ ਕੇ ਗਿਆ ਉਹਨੇ ਖਾਣੇ ਛਿੱਤਰ ਪੰਜਾਬੀ 'ਚ ਕਿਉਂਕਿ ਜਦ ਤੱਕ ਉਹਦੇ ਛਿੱਤਰ ਨਹੀਂ ਪੈਂਦੇ ਉਦੋਂ ਤੱਕ ਉਹਨੇ ਬੰਦਾ ਨਹੀਂ ਬਣਨਾ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਚਾਹੀਦਾ ਵੀ ਉਹਦੇ ਮੁਕੱਦਮਾ ਦਰਜ ਕਰਕੇ ਉਹਦੀ ਉੱਤੇ ਛਿੱਤਰ ਫੇਰੇ ਕਿਉਂਕਿ ਉਹਦੀ ਬੋਲਤੀ ਉਹਦੀ ਬੰਦ ਹੋ ਜੂ ਲਗਾਤਾਰ ਉਹ ਖਾਲਿਸਤਾਨ ਦੀ ਮੰਗ ਕਰਦੇ ਹੈ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਤੁਹਾਡੇ ਕੀ ਰਾਏ ਕਿਹੜਾ ਖਾਲਿਸਤਾਨ ਕਹਿੰਦਾ ਜਰਨੈਲ ਸਿੰਘ ਭਿੰਡਰਾਂ ਵਾਲਾ ਖਾਲਿਸਤਾਨ ਨਹੀਂ ਬਣਾ ਸਕਿਆ ਇਹ ਕੀ ਬਣਾਊਗਾ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਅਤੇ ਮੈਂ ਹਾਂ ਤੁਹਾਡੇ ਨਾਲ ਵਿਜੇ ਬੋਰਾ ਪੰਜਾਬ ਦੇ ਹਾਲਾਤਾਂ ਬਾਰੇ ਅੱਜ ਕੱਲ੍ਹ ਸਾਰੇ ਜਾਣੂ ਹੈ ਕਿਸ ਤਰ੍ਹਾਂ ਦਾ ਇਹ ਪੰਜਾਬ ਦੇ ਮਾਹੌਲ ਚੱਲ ਰਿਹਾ ਹੈ ਅਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸ਼ਿਵ ਸੈਨਾ ਨੇਤਾ 5 ਵਾਰ ਦੇ ਸਾਂਸਦ ਰਹੇ ਆਨੰਦ ਰਾਓ ਅੜਸੁਲ ਜੀ ਚੰਡੀਗੜ੍ਹ ਦੇ ਵਿੱਚ ਆਏ ਹੈ ਉਹਨਾਂ ਦੇ ਨਾਲ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਜੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਦਾ ਉਹਨਾਂ ਦਾ ਆਉਣ ਦਾ ਮੁੱਖ ਕਾਰਨ ਕੀ ਸੀਗਾ ਅਤੇ ਪੰਜਾਬ ਦੇ ਹਾਲਾਤਾਂ ਬਾਰੇ ਉਹਨਾਂ ਨਾਲ ਚਰਚਾ ਕਰਦੇ ਸਿੰਗਲਾ ਜੀ ਬਹੁਤ ਬਹੁਤ ਸਵਾਗਤ ਨਮਸਕਾਰ ਸਰ ਅੱਜ ਐਮ ਪੀ ਸਾਹਿਬ ਆਏ ਹੈ 5 ਵਾਰ ਦੇ ਜਿੱਤੇ ਹੋਏ ਸ਼ਿਵ ਸੈਨਾ ਦੇ ਅਤੇ ਕੀ ਮੁੱਖ ਕਾਰਨ ਸੀਗਾ ਪੰਜਾਬ ਆਉਣ ਦਾ ਇਸ ਤੋਂ ਸਾਫ਼ ਪਤਾ ਲੱਗਦਾ ਕਿ ਸਾਡੇ ਸ਼ਿਵ ਸੈਨਾ ਦੇ ਬਹੁਤ ਹੀ ਸੀਨੀਅਰ ਨੇਤਾ ਸਾਬਕਾ ਕੇਂਦਰੀ ਮੰਤਰੀ ਔਰ 5 ਵਾਰ ਦੇ ਐਮ ਪੀ ਅਨੰਤ ਰਾਓ ਅੜਸੁਲ ਜੀ ਨੇ ਪੰਜਾਬ ਆ ਕੇ ਬਹੁਤ ਸਾਰੇ ਲੋਕਾਂ ਦੇ ਮੂੰਹ 'ਤੇ ਟੇਪ ਲਾਤੀ ਮੂੰਹ 'ਤੇ ਚੇਪੀ ਲਗਾਈ ਹੈ ਜਿਹੜੇ ਲੋਕ ਕਹਿੰਦੇ ਸੀਗੇ ਬੰਬੇ ਤੋਂ ਕੋਈ ਐੱਮ ਐੱਲ ਏ ਕੋਈ ਐੱਮ ਪੀ ਪੰਜਾਬ ਦੇ ਵਿੱਚ ਹਿੰਦੂਆਂ ਦੀ ਸੁੱਧ ਲੈਣ ਨਹੀਂ ਆਉਂਦਾ ਸ਼ਿਵ ਸੈਨਿਕਾਂ ਦੀ ਸੁੱਧ ਲੈਣ ਨਹੀਂ ਆਉਂਦਾ ਉਹਨਾਂ ਦੇ ਮੂੰਹ 'ਤੇ ਅੱਜ ਟੇਪ ਲੱਗ ਗਈ ਕਿ ਹਲੇ ਇੱਥੇ ਸ਼ਿਵ ਸੈਨਾ ਸਟਾਰਟ ਕੀਤੇ ਸਨ ਥੋੜ੍ਹੇ ਦਿਨ ਹੋਏ ਨੇ ਕਹਿੰਦਾ ਸ਼ਿੰਦੇ ਗਰੁੱਪ ਨੂੰ ਲੇਕਿਨ ਅੜਸੁਲ ਸਾਹਿਬ ਨੇ ਆ ਕੇ ਸਭ ਦੇ ਮੂੰਹ 'ਤੇ ਟੇਪ ਲਾਤੀ ਔਰ ਜਿਹੜੀ ਹਿੰਦੂ ਤੱਤੂ ਦੀ ਗੱਲ ਕੀਤੀ ਜਿਹੜੇ ਵਿਚਾਰ ਉਹਨਾਂ ਨੇ ਰੱਖੇ ਨੇ ਉਹਦੇ ਨਾਲ ਸ਼ਿਵ ਸੈਨਾ ਇੰਨੀ ਜ਼ਿਆਦਾ ਮਜ਼ਬੂਤ ਹੋਏਗੀ ਪੰਜਾਬ ਦੇ ਵਿੱਚ ਅਤੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਮੋਦੀ ਸਾਹਿਬ ਨੇ ਕਿਹਾ ਕਿ ਜਿੱਥੇ ਵੀ ਭਾਜਪਾ ਲੜੇਗੀ ਤਾਂ ਉਹ ਸ਼ਿਵ ਸੈਨਾ ਦੇ ਅਲਾਇੰਸ ਨਾਲ ਹੀ ਲੜੇਗੀ ਕਹਿੰਦਾ ਵੀ ਕੋਈ ਵੀ ਇਲੈਕਸ਼ਨ ਹੋਵੇ ਕੌਂਸਲਰ ਦਾ ਹੋਵੇ ਐੱਮ ਐੱਲ ਏ ਦਾ ਹੋਵੇ ਐੱਮ ਪੀ ਦਾ ਹੋਵੇ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਉਹ ਸ਼ਿਵ ਸੈਨਾ ਬੀ ਜੇ ਪੀ ਜੁਆਇੰਟ ਲੜਨਗੀਆਂ ਜਿਹਦੇ ਨਾਲ ਹਿੰਦੂ ਤੱਤ ਮਜ਼ਬੂਤ ਹੋਊਗਾ ਹਿੰਦੂ ਰਾਸ਼ਟਰ ਦੀ ਜਿਹੜੀ ਵਿਚਾਰਧਾਰਾ ਹੈ ਉਹ ਮਜ਼ਬੂਤ ਹੋਊਗੀ ਸਾਨੂੰ ਆਸ਼ੀਰਵਾਦ ਮਿਲਿਆ ਸਾਰੇ ਸ਼ਿਵ ਸੈਨਿਕਾਂ ਨੂੰ ਪੰਜਾਬ ਦੇ ਔਰ ਚੰਡੀਗੜ੍ਹ ਦੇ ਸ਼ਿਵ ਸੈਨਿਕਾਂ ਨੂੰ ਕਹਿੰਦਾ ਅੱਜ ਉਹਨਾਂ ਦਾ ਆਸ਼ੀਰਵਾਦ ਜੋ ਮਿਲਿਆ ਇਸ ਦੇ ਨਾਲ ਅਸੀਂ ਬਹੁਤ ਮਜ਼ਬੂਤ ਹੋਏ ਹਾਂ ਸਾਨੂੰ ਬਹੁਤ ਜ਼ਿਆਦਾ ਬੂਸਟ ਮਿਲਿਆ ਬਹੁਤ ਵੱਡਾ ਹੌਸਲਾ ਸਾਨੂੰ ਮਿਲਿਆ ਅਸੀਂ ਉਹਨਾਂ ਦੇ ਬਾਲਾ ਸਾਹਿਬ ਦੀ ਜਿਹੜੀ ਹਿੰਦੂ ਤੱਤ ਦੀ ਵਿਚਾਰਧਾਰਾ ਉਸ ਨੂੰ ਘਰ ਘਰ ਪਹੁੰਚਾਉਣ ਦੇ ਲਈ ਪਹਿਲਾਂ ਵੀ ਕੰਮ ਕਰ ਰਹੇ ਹਾਂ ਅਸੀਂ ਹੋਰ ਤਕੜੇ ਹੋ ਕੇ ਹੁਣ ਕੰਮ ਕਰਾਂਗੇ ਸਿੰਗਲਾ ਜੀ ਗੱਲ ਕਰੀਏ ਤਾਂ ਪਿਛਲੇ ਦਿਨੋਂ ਅਜਨਾਲਾ ਕਾਂਡ ਤਾਂ ਸਭ ਜਾਣੂ ਹੈ ਅਜਨਾਲਾ ਦੇ ਵਿੱਚ ਜਿੱਦਾਂ ਹੋਇਆ ਕੁਝ ਕੱਟੜਪੰਥੀਆਂ ਵੱਲੋਂ ਜਿਹੜਾ ਹੈ ਥਾਣੇ ਨੂੰ ਕੈਪਚਰ ਕਰਿਆ ਗਿਆ ਅਤੇ ਆਪਣੇ ਸਾਥੀ ਨੂੰ ਛੁਡਵਾਇਆ ਗਿਆ ਦਲ ਪੂਰਵਕ ਛੁਡਵਾਇਆ ਗਿਆ ਉਸ ਤੋਂ ਬਾਅਦ ਡੀ ਜੀ ਪੀ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਉਹਨਾਂ ਦੇ ਰਵੱਈਏ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ ਦੇਖੋ ਜਿਹੜੀ ਗੱਲ ਉੱਥੇ ਗੁਰੂ ਗ੍ਰੰਥ ਸਾਹਿਬ ਵਾਲੀ ਸੀ ਉਹ ਅੰਮ੍ਰਿਤਪਾਲ ਦੀ ਨਲੈਕੀ ਹੈ ਕਿ ਉਹ ਆਪ ਲੜਨ ਜੋਗਾ ਨਹੀਂ ਸੀਗਾ ਛੋਟੇ ਜਿਹੇ ਪਰਚੇ ਤੋਂ ਡਰ ਕੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਢਾਲ ਬਣਾ ਕੇ ਉੱਥੇ ਲੈ ਕੇ ਗਿਆ ਲੇਕਿਨ ਪੁਲਿਸ ਪੰਜਾਬ ਪੁਲਿਸ ਨੂੰ ਮੈਂ ਵਧਾਈ ਦਿੰਦਾ ਕਿ ਉਹਨਾਂ ਨੇ ਬਹੁਤ ਸਮਝਦਾਰੀ ਨਾਲ ਕੰਮ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਰਿਸਪੈਕਟ ਰੱਖਦੇ ਹੋਏ ਆਪਣੇ ਡਾਂਗਾਂ ਖਾਧੀਆਂ ਆਪਣੇ ਕਿਰਪਾਨਾਂ ਖਾਧੀਆਂ ਪਰ ਗੁਰੂ ਗ੍ਰੰਥ ਸਾਹਿਬ ਨੂੰ ਆਂਚ ਨਹੀਂ ਆਉਣ ਦਿੱਤੀ ਉਸ ਨਾਲ ਲੋਕਾਂ ਦੇ ਜਿਹੜੇ ਮਨਸੂਬੇ ਸੀਗੇ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਕੇ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾਵੇ ਬਰਗਾੜੀ 2 ਉੱਥੇ ਬਣਾਉਣਾ ਚਾਹੁੰਦੇ ਸੀ ਉਹਦੇ ਵਿੱਚ ਮੈਂ ਪੰਜਾਬ ਸਰਕਾਰ ਦਾ ਜਾਂ ਪੰਜਾਬ ਪੁਲਿਸ ਦਾ ਕੋਈ ਕਸੂਰ ਨਹੀਂ ਕਹਿੰਦਾ ਲੇਕਿਨ ਉੱਥੇ ਜੋ ਹੋਇਆ ਉਸ ਦੇ ਉੱਪਰ ਡੀ ਜੀ ਪੀ ਸਾਹਿਬ ਸੀ ਐੱਮ ਸਾਹਿਬ ਉਦੋਂ ਦੇ ਕਹਿ ਰਹੇ ਕਾਰਵਾਈ ਕਰਾਂਗੇ 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 ਕਾਰਵਾਈ ਕਦੋਂ ਕਰੋਗੇ ਪਹਿਲਾਂ ਅੰਮ੍ਰਿਤਪਾਲ ਕਹਿੰਦਾ ਝੂਠਾ ਪਰਚਾ ਸੀ ਉਹਨੇ ਇਹ ਤਾਂ ਝੂਠਾ ਨਹੀਂ ਹੈ ਅਜਨਾਲੇ ਵਾਲਾ ਤਾਂ ਝੂਠਾ ਨਹੀਂ ਇਹ ਤਾਂ ਸੱਚਾ ਹੈ ਵੀ ਪੁਲਿਸ ਦੇ ਕਿਰਪਾਨਾਂ ਮਾਰੀਆਂ ਪੁਲਿਸ ਦੇ ਪੱਤਰ ਮਾਰੇ ਥਾਣੇ 'ਚ ਪੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਲੋਕਾਂ ਨੇ ਅੰਮ੍ਰਿਤਪਾਲ ਦੇ ਸਾਥੀਆਂ ਨੇ ਕੀਤੀ ਅੰਮ੍ਰਿਤਪਾਲ ਨੇ ਕੀਤੀ ਇਹ ਤਾਂ ਸੱਚਾ ਪਰਚਾ ਹੈ ਉਹਨਾਂ ਦੇ ਪਰਚਾ ਦਰਜ ਕਰਕੇ ਇਹਨਾਂ ਦੀ ਤੁਰੰਤ ਗ੍ਰਿਫਤਾਰੀ ਪਾਓ ਨਹੀਂ ਅਸੀਂ ਬਹੁਤ ਵੱਡਾ ਅੰਦੋਲਨ ਜਿਹੜਾ ਪੰਜਾਬ ਦੇ ਵਿੱਚ ਛੇੜਾਂਗੇ ਕਿਉਂਕਿ ਉਸ ਦੇ ਨਾਲ ਅਸੀਂ ਨਹੀਂ ਟੋਟਲ ਪੰਜਾਬੀ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਉਹ ਇਸ ਗੱਲ ਤੋਂ ਖਫਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਦੇ ਵਿੱਚ ਕਿਉਂ ਲਿਜਾਇਆ ਗਿਆ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੀ ਜਿਹੜੀ ਸ਼ੀਰਸ਼ ਨੇਤਰ ਸੀਗਾ ਜੇ ਗੱਲ ਕਰੀਏ ਤਾਂ ਲੋਕਲ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੀ ਸੂਝਬੂਝ ਨਾਲ ਆਪਸੀ ਟਕਰਾਓ ਜਿਹੜਾ ਹੈ ਟਲ ਗਿਆ ਪੰਜਾਬ ਦਾ ਮਾਹੌਲ ਖਰਾਬ ਹੋਣ ਤੋਂ ਕੁਝ ਬਚਾਓ ਹੋ ਗਿਆ ਹਾਲਾਂਕਿ ਡੀ ਜੀ ਪੀ ਸਾਹਿਬ ਨੇ ਕਿਹਾ ਵੀ ਪਛਾਣ ਕਰਕੇ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਪਰ ਅੰਮ੍ਰਿਤਪਾਲ ਵੱਲੋਂ ਕਾਊਂਟਰ ਕਰਦੇ ਹੋਏ ਕਿਹਾ ਗਿਆ ਵੀ ਡੀ ਜੀ ਪੀ ਸਾਹਿਬ ਨੂੰ ਚੇਤਾਵਨੀ ਦਿੰਦੇ ਹਾਂ ਵੀ ਅਗਰ ਦੁਬਾਰਾ ਕੋਈ ਐੱਫ ਆਈ ਆਰ ਹੁੰਦੀ ਹੈ ਤਾਂ ਅਸੀਂ ਫਿਰ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਾਂਗੇ
उन्हें खाने छित्तर पंजाबी च, क्योंकि जब तक वो छित्तर नहीं पैंदे उद तक उन्हें बंदा नहीं बनना। पंजाब सरकार नूं, पंजाब पुलिस नूं चाहिए भी वो मुकदमा दर्ज करके वो छित्तर फेरे, क्योंकि वो बोलती वो बंद हो जूगी। गल करिए तुसीं किदा देख अमृतपाल दे करतार नूं किदा देखदे हो? कई लोग कहिंदे आ एजेंसियां दा बंदा है, लगातार वो खालिस्तान की मंग करते हैं, खालिस्तान की मंग नूं लैके तुहाडे की राय? किहड़ा खालिस्तान? कहिंदा जरनैल सिंह भिंडराला खालिस्तान नहीं बना सकिया, ये की बनाऊगा? क्योंकि एक परचा छोटा जिहा हो गया, कहिंदा उत्थे 1000 बंदा इकट्ठा कर लिया, जांदा गिरफ्तारी देन गिरफ्तार हुंदा, ट्रायल भुगतदा कोर्ट के विच। एक पासे तो कहिंदा मैं हिंदू हिंदू मैं इंडियन ही नहीं हाँ, जे नहीं हिंदुस्तानी है इत्थे धक्के खा रहे हैं, जा उत्थे जाके रह जिथे सिटीजनशिप है तेरे कोले। हालांकि कई काम अच्छे भी कर रहे हैं, जिदा कि अमृत संचार करा रहे हैं युवावां नूं, जिहड़े नौजवान है उन्हां नूं नशे तो दूर कर रहे हैं। अमृत संचार दे विच ओ पाकिस्तान की खुफिया एजेंसी ISI दे इशारे दे उपर कम कर रहा है। अमृत संचार और धर्म की तो आड़ लै रहा है बचन दे लई, एक्चुअल उहदे मनसूबे होर ने, वो पंजाब की अमन शांति को खराब करना चाहता है, पंजाब की अमन शांति के लिए बहुत बड़ा खतरा है। तो गल करिए तकरीबन 2 महीने तो बंदी सिंह की रिहाई लिए मोहाली पक्का मोर्चा लग्या हुआ है, वक् वक् तरह के लोगों की उत्थों राय है, बंदी सिंह छड्डन बारे गल कही जाती है, किस तरह कहें? क्योंकि सजावं अपनियां भुग चुके हैं, कानून के अनुसार अगर गल करिए जिहड़े लोग अपनी सज़ा भुग चुके हैं उन्होंने रिहा होने लई किन्नी देर होनी चाहिए है, कि मन कर दे? देखो ये एक पैसे इकट्ठे करन दा धंधा जिहड़ा कौमी इंसाफ मोर्चा लाया होया, क्योंकि बलवंत सिंह राजू ने सरेआम कहता कि मेरा इस मोर्चे नाल कोई लेना देना नहीं, जो उ कही जाते जो जेलों बैठे भी साडा कोई लेना देना नहीं, तो किसे लई धरना ला के बैठे ने? इन्हां नूं धरना लाने का कोई हक नहीं, पंजाब सरकार नूं इन्हां दे भी डांग फेर के क्यों जे ये धरना चुकाना चाहिए, ये भी सारा पंजाब का माहौल खराब करन दे लई लग्या पिया। और चंदे का धंधा कहता ये पैसे इस मोर्चे के नाते विदेशों तो इकट्ठे किए जा रहे हैं, होर कोई मतलब नहीं है। कल राजवाणा की गल नहीं करते, मेन तो आइडल हूँ अपना जगतार सिंह हवारा मन रहा, जगतार सिंह हवारा के कहने पर जोड़ा है मोर्चा लग्या, फिर वो कह दें कि राजवाणा अंदर रखो, नाले किसी ने सरकार ने नहीं छड़ना, किसी ने कुछ नहीं करना, ये तो सुप्रीम कोर्ट के बिच जान उ जाके क्या, अगर सुप्रीम कोर्ट छड़ दी है सानू कोई इतराज नहीं छड़ दे, क्यों जी सानू कोई वहम नहीं है, सानू कोई इतराज नहीं है इन्होंने छुड़न पर, ना असं इन्हों तो डरते हैं भी ये बाहर आके कुछ कर लेंगे, लेकिन ये सुप्रीम कोर्ट जान, इस पंजाब सरकार का या केंद्र सरकार का कोई रोल नहीं है, ये तो उन्होंने नाँ से फंड इकट्ठा किया जा रहा, ड्रामेबाजी की जा रही है। जो पंजाब के हालात दिन ब दिन बिगड़ रहे हैं, अजनाला कांड हो, चाहे बंदी सिंह रिहाई लई मोर्चा होवे, होर भी कई तरह के ऐसे हैं जो इंसीडेंट हो रहे हैं, गोलियां मार के कतल हो रहा, पिछले दिनों जेलों के बंद जोड़े गैंगस्टर से गैंगवार हुई उत्थे भी 2 कतल हो गए, सिद्धू मूसेवाले के कातल जोड़े अंदर से, उससे की कहना चाहोगे? पंजाब के लॉ ऑर्डर किदा देखते हो? पंजाब की सरकार जी है भगवंत मान की सरकार, उन्होंने किदा देखते हो? पंजाब की आम आदमी पार्टी सरकार इन्हों संरक्षण दे रही है, खालिस्तानिया की सरकार है, पहला 29 अप्रैल पटियाले इन्होंने हमला किया, फिर पट्टी के इन्होंने ईसाइया से किया, फिर ब्यास के डेरा ब्यास वाले किया, हूँ एक फिर इन्होंने मोहाली के चंडीगढ़ पुलिस से किया, हूँ इन्होंने अजनाले के हमला किया, इन्हों का खुल दिती हुई है? अगर पहले दिन ही 29 अप्रैल इन्होंने डांग फेरी होंगी क्यों जे, तो यह वारदातें ना बढ़दियां, इस करके रोकना जरूरी है। जिहड़ी हिंसा लोग कर रहे हैं, हिंसा कोई धर्म नहीं है, धर्म की आड़ लैके हिंसा ना कर, मैं इन्हों चैलेंज करता जिते मर्जी आ जाए सिद्धम सिद्धी आ जाए, कहिंदा असीं इन्हों खड़े टक्करांगे, कहिंदा पंजाब की अमन शांति नहीं खराब कर देवांगे। सिंगला जी आखिरी क्वेश्चन, शिवसेना के शीर्ष नेता इतने पहुंचे, 5 बार के सांसद जोड़े रह चुके हैं आनंद राव अड़सल जी, उन्होंने वालों कहा गया भी पंजाब के जिन्हिया चोणा लड़िया जाएगियां BJP नाल अलायंस करके लड़िया जाएगियां, कि तुहानू इदां लगता भी BJP पंजाब के अलायंस होएगा जां इक सिर्फ आइडिया है? जे BJP अलायंस करके लड़ूगी तो ठीक है, नहीं शिवसेना एकानंद शिंदे जी के नेतृत्व के पंजाब के हरेक इलैक्शन अपने दम पर लड़ेगी। आखिरी गल दोबारा तो कह रहे हैं, पंजाब दे विच इदा दे नेता कदों तक आएंगे, जां जिहड़े महाराष्ट्र के मुख्यमंत्री एकनाथ शिंदे जी, उन्हां दा कोई आने का कोई प्लान हैगा? हर महीने पंजाब दे विच शिवसेना का कोई ना कोई MP MLA आके शिव सैनिकां नूं गाइड करूगा। ये पंजाब प्रधान हरीश सिंगला जी जिन्हों वालों कहा आनंद राव अड़सूल जी जिहड़े इत्थे 5 बार दे सांसद इत्थे पहुंचे हैं, वो ते उन्हां दे साथी होर जिहड़े हैं
जिहड़े वड्डे नेता महाराष्ट्र के शिवसेना काम कर रहे हैं वह हर महीने कोई ना कोई नेता जिहड़ा है पंजाब दे विच आके शिवसेना लई काम करेगा। अमृतपाल बारे तुसीं देख सकते हो पंजाब सरकार नूं कहा भी सख्ती करनी चाहिए है। बंदी सिंघां दी रिहाई लई मोर्चे नूं कहिंदे आ इह भी पैसे इकट्ठे करने वास्ते जिहड़ा मोर्चा लग्या हुआ है। राजवान दे बयान तू कहिंदे आ भी राजवान दा बयान जिहड़ा सीगा उन्होंने साफ कहते आ मैं मोर्चे दे नाल शामिल नहीं हाँ, मोर्चा मेरे करके नहीं लग्या। हालांकि देखना यह होएगा हुण बंदी सिंघां दी रिहाई लई जिहड़ा मोर्चा लग्या हुआ है वह कदों तक लगता है, बंदी सिंह कदों तक छोड़ते हैं, तो अजनाले दे विच होई हिंसा कदों जी है शांतिपूर्वक रहेगी, पंजाब पुलिस या पंजाब प्रशासन DGP साहब कदों तक अमृतपाल ते कार्रवाई करते हैं या नहीं। कैमरामैन प्रवीण के नाल विजय वोरा, स्काई न्यूज़ पंजाब, चंडीगढ़।